ਗੱਲ ਅੱਜ ਦੀ ਅੱਜ ਦੀ ਗੱਲ ਦੋਸਤੋ ਨਵਾਂ ਸਾਲ ਚੜ ਚੁੱਕਿਆ ਨਵੇਂ ਸਾਲ ਦਾ ਪਹਿਲਾ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਨਵੇਂ ਸਾਲ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਦੋਂ ਅਸੀਂ ਪਹਿਲੀ ਜਨਵਰੀ ਨੂੰ ਨਵਾਂ ਸਾਲ ਮਨਾਉਂਦੇ ਆ ਜਾਂ ਜਨਵਰੀ ਦੇ ਸ਼ੁਰੂ ਦੇ ਦਿਨਾਂ ਦੇ ਵਿੱਚ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਆ ਤਾਂ ਕਈ ਵਾਰੀ ਸਾਡੇ ਮਨ ਦੇ ਵਿੱਚ ਸਵਾਲ ਆਉਂਦਾ ਕਿ ਨਵਾਂ ਸਾਲ ਪਹਿਲੀ ਜਨਵਰੀ ਨੂੰ ਕਿਉਂ ਮਨਾਇਆ ਜਾਂਦਾ ਜਨਵਰੀ ਮਹੀਨਾ ਪਹਿਲਾ ਮਹੀਨਾ ਹੀ ਕਿਉਂ ਆ ਇਹ ਤੀਜਾ ਮਹੀਨਾ ਕਿਉਂ ਨਹੀਂ ਫਰਵਰੀ ਦੂਜਾ ਹੀ ਕਿਉਂ ਇਹਨਾਂ ਮਹੀਨਿਆਂ ਦੇ ਨਾਂ ਇਸ ਤਰ੍ਹਾਂ ਕਿਉਂ ਰੱਖੇ ਗਏ ਕਦੋਂ ਰੱਖੇ ਗਏ ਅੱਜ 2021 ਸਾਲ ਚੜ੍ਹ ਗਿਆ ਕਦੇ 0 ਵੀ ਹੋਊਗਾ ਉਸ ਤੋਂ ਪਹਿਲਾਂ ਕੀ ਹੁੰਦਾ ਸੀ ਇਹ ਕਲੰਡਰ ਕਦੋਂ ਬਣਿਆ ਕਲੰਡਰ ਇੱਕੋ ਹੀ ਆ ਜਿਹਨੂੰ ਅਸੀਂ ਮੰਨਦੇ ਆ ਕਿ ਵੱਖ-ਵੱਖ ਤਰ੍ਹਾਂ ਦੇ ਹੋਰ ਕਲੰਡਰ ਵੀ ਆ ਬਹੁਤ ਸਾਰੇ ਸਵਾਲ ਆ ਜਿਹੜੇ ਸਾਡੇ ਮਨ ਦੇ ਵਿੱਚ ਆਉਂਦੇ ਆ ਅੱਜ ਅਸੀਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਤਾਂ ਨਹੀਂ ਦੇਵਾਂਗੇ ਪਰ ਘੱਟੋ-ਘੱਟ ਇਹ ਮਹੀਨੇ ਇਸ ਤਰ੍ਹਾਂ ਕਿਵੇਂ ਬਣੇ ਜਨਵਰੀ ਮਹੀਨਾ ਪਹਿਲਾਂ ਕਿਉਂ ਆਇਆ ਜਨਵਰੀ ਮਹੀਨੇ ਦਾ ਮਤਲਬ ਕੀ ਆ ਇਹ ਕਿਉਂ ਇਹਨੂੰ ਜਨਵਰੀ ਕਹਿੰਦੇ ਇਹਨਾਂ ਬਾਰੇ ਕੁਝ ਗੱਲ ਤੁਹਾਡੇ ਨਾਲ ਅਸੀਂ ਕਰਨੀ ਚਾਹੁੰਦੇ ਆ ਮਨੁੱਖ ਸ਼ੁਰੂ ਤੋਂ ਹੀ ਸਮੇਂ ਨੂੰ ਮਾਪਦਾ ਆ ਰਿਹਾ ਸਿੱਟੇ ਵਿੱਚ ਜੋ ਕੈਲੰਡਰ ਹੋਣ ਦੇ ਵਿੱਚ ਆਏ ਜਿਸ ਕੈਲੰਡਰ ਅਨੁਸਾਰ ਅਸੀਂ ਹੁਣ ਨਵਾਂ ਸਾਲ ਮਨਾ ਰਹੇ ਹਾਂ ਉਹਨੂੰ ਗ੍ਰੈਗੋਰੀਅਨ ਕੈਲੰਡਰ ਕਹਿੰਦੇ ਆ 1582 ਦੇ ਵਿੱਚ ਹੋਂਦ ਵਿੱਚ ਆਇਆ ਸੀ ਇਸ ਤੋਂ ਪਹਿਲਾਂ ਜੂਲੀਅਨ ਕੈਲੰਡਰ ਹੁੰਦਾ ਸੀ ਇਹ ਕੈਲੰਡਰਾਂ ਦੀਆਂ ਵੱਖ-ਵੱਖ ਕਿਸਮਾਂ ਆ ਪੂਰੀ ਦੁਨੀਆ ਨੂੰ ਇਸ ਕੈਲੰਡਰ ਨੂੰ ਅਪਣਾਉਣ ਦੇ ਵਿੱਚ 300 ਸਾਲ ਲੱਗ ਗਿਆ ਸੀ ਜੂਲੀਅਨ ਤੋਂ ਗ੍ਰੈਗੋਰੀਅਨ ਕੈਲੰਡਰ ਤੱਕ ਆਉਣ ਦੇ ਵਿੱਚ ਵਿੱਚ ਕੈਲੰਡਰ ਦੇ ਇਤਿਹਾਸ ਬਾਰੇ ਕਿਸਮਾਂ ਬਾਰੇ ਬਹੁਤ ਲੰਬੀ ਗੱਲਬਾਤ ਹੋ ਸਕਦੀ ਹੈ ਸੋ ਅੱਜ ਅਸੀਂ ਸਿਰਫ ਮਹੀਨਿਆਂ ਦੇ ਨਾਵਾਂ ਤੇ ਇਹਨਾਂ ਦੇ ਅਰਥਾਂ ਉੱਤੇ ਗੱਲਬਾਤ ਕਰ ਪਹਿਲਾ ਨਵਾਂ ਸਾਲ ਜਨਵਰੀ ਦੇ ਸ਼ੁਰੂ ਨਹੀਂ ਸੀ ਹੁੰਦਾ ਮਾਰਚ ਤੋਂ ਹੁੰਦਾ ਸੀ ਤੇ ਸਾਲ ਦੇ ਵਿੱਚ 12 ਨਹੀਂ ਸਾਲ ਦੇ ਵਿੱਚ 10 ਮਹੀਨੇ ਹੁੰਦੇ ਸੀ ਸੋ ਜਿਹੜੇ 61 ਦਿਨ ਬਚ ਜਾਂਦੇ ਸੀ ਸਾਲ ਦੇ ਉਹਨਾਂ ਦੀ ਕੋਈ ਗਿਣਤੀ ਨਹੀਂ ਸੀ ਉਹਨਾਂ ਨੂੰ ਗਿਣਿਆ ਹੀ ਨਹੀਂ ਸੀ ਜਾਂਦਾ ਜਾਂ ਇਦਾਂ ਕਹ ਲਓ ਵੀ ਉਹਨਾਂ ਦੇ ਵਿੱਚ ਹੁੰਦਾ ਵੀ ਕੁਝ ਨਹੀਂ ਸੀ ਠੰਡ ਹੁੰਦੀ ਸੀ ਤੇ ਇਸ ਤਰੀਕੇ ਨਾਲ ਉਹਨਾਂ ਮਹੀਨਿਆਂ ਨੂੰ ਗਿਣਤੀ ਦੇ ਵਿੱਚ ਨਹੀਂ ਸੀ ਲਿਆ ਜਾਂਦਾ 700 BC ਦੇ ਵਿੱਚ ਲਗਭਗ ਇਹਨਾਂ 2 ਮਹੀਨਿਆਂ ਨੂੰ ਜੋੜਿਆ ਗਿਆ ਜਨਵਰੀ ਮਹੀਨੇ ਨੂੰ ਜੋੜਿਆ ਗਿਆ ਜਨਵਰੀ ਵੀ ਨਾ ਨਾ ਰੋਮਨ ਦੇਵਤਾ ਜੇਨਸ ਦੇ ਨਾਂ ਤੇ ਰੱਖਿਆ ਗਿਆ ਇਹਨੂੰ ਦਰਵਾਜ਼ਿਆਂ ਦਾ ਦੇਵਤਾ ਵੀ ਕਹਿੰਦੇ ਜਿਹੜੀ ਗॉड ਆਫ ਡੋਰਸ ਇਹ ਦੇਵਤਾ ਦੇ ਦੋ ਮੂੰਹ ਆ ਜਿਹੜਾ ਉਹਨਾਂ ਦਾ ਦੇਵਤਾ ਜੇਨਸ ਆ ਉਹਦੇ ਦੋ ਮੂੰਹ ਆ ਇਸ ਕਰਕੇ ਇਹਨੂੰ ਜਨਵਰੀ ਕਿਹਾ ਗਿਆ ਕਿਉਂਕਿ ਦਾ ਇੱਕ ਮੂੰਹ ਉਹ ਦੇਵਤੇ ਦਾ ਪਿੱਛੇ ਨੂੰ ਆ ਇੱਕ ਅੱਗੇ ਨੂੰ ਆ ਤਾਂ ਜਨਵਰੀ ਮਹੀਨਾ ਇਸ ਕਰਕੇ ਵੀ ਇਸ ਤਰ੍ਹਾਂ ਮੰਨਿਆ ਜਾਂਦਾ ਕਿ ਇਹ ਅਗਲੇ ਸਾਲ ਵੱਲੋਂ ਵੀ ਦੇਖਦਾ ਤੇ ਜਿਹੜਾ ਬੀਤ ਚੁੱਕਿਆ ਸਾਲ ਇਹਨੂੰ ਉਸ ਤਰੀਕੇ ਵੱਲ ਵੀ ਦੇਖਦਾ ਜੇਨਸ ਨੂੰ ਲੈਟਨ ਦੇ ਵਿੱਚ ਜੇਨਰਸ ਕਿਹਾ ਜਾਂਦਾ ਤੇ ਜੇਨਰਸ ਤੋਂ ਫਿਰ ਇਹ ਜਨਵਰੀ ਬਣ ਗਿਆ ਗ੍ਰੈਗੋਰੀਅਨ ਕੈਲੰਡਰ ਦੇ ਵਿੱਚ ਫਰਵਰੀ ਦੂਜਾ ਮਹੀਨਾ ਆ ਲਾਤੀਨੀ ਸ਼ਬਦ ਫੈਬਰੂਮ ਤੋਂ ਬਣਿਆ ਜਿਹਦਾ ਅਰਥ ਹੈ ਸ਼ੁੱਧਤਾ ਦਾ ਤਿਉਹਾਰ ਕੁਝ ਲੋਕਾਂ ਅਨਸਾਰ ਇਹਦਾ ਸਬੰਧ ਰੋਮ ਦੀ ਦੇਵੀ ਫੈਬਰੇਰੀਆ ਨਾਲ ਆ ਜਿਹੜੀ ਸੰਤਾਨ ਦੀ ਉਤਪਤੀ ਦੀ ਦੇਵੀ ਮੰਨੀ ਜਾਂਦੀ ਆ ਸੋ ਇਹਦੇ ਤੋਂ ਫਰਵਰੀ ਬਣ ਗਿਆ ਮਾਰਚ ਮਹੀਨੇ ਤੋਂ ਪਹਿਲਾ ਕੈਲੰਡਰ ਸ਼ੁਰੂ ਹੁੰਦਾ ਸੀ ਰੋਮ ਦੇ ਜੰਗ ਦੇ ਦੇਵਤੇ ਮਾਰਟਿਅਸ ਦੇ ਨਾਮ ਤੋਂ ਇਹਦਾ ਨਾਂ ਪਿਆ ਸੀ ਇਹ ਦੱਸਿਆ ਜਾਂਦਾ ਇਹਦਾ ਕਾਰਨ ਇਹ ਵੀ ਦੱਸਿਆ ਜਾਂਦਾ ਕਿ ਜਦੋਂ ਠੰਡ ਤੋਂ ਬਾਅਦ ਦੁਬਾਰਾ ਫੌਜਾਂ ਦੀ ਲੜਾਈ ਸ਼ੁਰੂ ਹੁੰਦੀ ਸੀ ਫੌਜਾਂ ਚੜ੍ਹਾਈ ਕਰਦੀਆਂ ਸੀ ਜਾਂ ਉਹ ਰੋਮਨ ਅੰਪਾਇਰ ਦੇ ਵਿੱਚ ਦੂਜੇ ਦੇਸ਼ਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਸੀ ਤਾਂ ਉਹ ਇਸ ਜੰਗ ਤੇ ਦੇਵਤੇ ਮਾਰਟਿਅਸ ਦੇ ਨਾਮ ਤੋਂ ਕੀਤੇ ਜਾਂਦੇ ਸੀ ਮਾਰਚ ਤੋਂ ਸਾਲ ਸ਼ੁਰੂ ਹੁੰਦਾ ਸੀ ਮਾਰਤੋਂ ਹੀ ਇਹ ਐਕਟੀਵਿਟੀ ਹੁੰਦੀ ਸੀ ਇਸ ਕਰਕੇ ਇਹਦਾ ਨਾਂ ਜਿਹੜਾ ਮਾਰਚ ਪੈ ਗਿਆ ਅਪ੍ਰੈਲ ਮਹੀਨੇ ਦਾ ਨਾਂ ਐਪ੍ਰੈਲ ਸ਼ਬਦ ਤੋਂ ਪਿਆ ਦੱਸਿਆ ਜਾਂਦਾ ਐਪ੍ਰੈਲ ਦਾ ਮਤਲਬ ਆ ਖੁੱਲਣਾ ਇਹ ਗ੍ਰੀਕ ਲਾਤੀਨੀ ਭਾਸ਼ਾ ਦੇ ਸ਼ਬਦ ਨੇ ਇਹ ਦੂਜਾ ਮਹੀਨਾ ਹੁੰਦਾ ਸੀ ਹੁਣ ਇਹ ਚੌਥਾ ਮਹੀਨਾ ਜਿੱਦਾਂ ਕਿ ਤੁਹਾਨੂੰ ਪਤਾ ਇਸ ਮਹੀਨੇ ਦੇ ਵਿੱਚ ਜਿਹੜੀਆਂ ਫੁੱਲਾਂ ਦੀਆਂ ਡੋਡੀਆਂ ਜਾਨੀ ਕਿ ਉਹਨੇ ਬਰਡਸ ਜਿਹੜੇ ਆ ਖੁੱਲਦੇ ਆ ਉਹ ਫੁੱਲ ਬਣਦੇ ਆ ਇਸ ਕਰਕੇ ਇਹਦਾ ਨਾਮ ਐਪ੍ਰੈਲਸ ਪਿਆ ਜਾਨੀ ਕਿ ਖੁੱਲਣਾ ਮਈ ਮਹੀਨੇ ਦਾ ਨਾਮ ਜਰਾਨ ਦੇ ਦੇਵਤੇ ਮਈਆ ਤੋਂ ਪਿਆ ਇਹਦਾ ਸਬੰਧ ਫਰਟੀਲਿਟੀ ਦੇ ਨਾਲ ਮੰਨਿਆ ਜਾਂਦਾ ਨਾਰਥਰਨ ਹੈਮਿਸਫੀਅਰ ਦੇ ਵਿੱਚ ਇਸ ਸਮਾਂ ਫਾਲ ਦਾ ਸਮਾਂ ਹੁੰਦਾ ਅਸੀਂ ਸਾਰੇ ਜਾਣਦੇ ਆ ਬਨਸਪਤੀ ਵਧਣੀ ਫੁੱਲਣੀ ਸ਼ੁਰੂ ਹੁੰਦੀ ਹੈ ਜੂਨ ਦਾ ਮਹੀਨਾ ਰੋਮਨ ਦੇਵਤੇ ਜੂਨੋ ਦੇ ਨਾਂ ਤੋਂ ਪਿਆ ਜਿਹੜਾ ਜੂਨੋ ਜੁਪੀਟਰ ਦੀ ਪਤਨੀ ਸੀ ਇਹ ਜਿਹੜੀ ਜੂਨੋ ਸੀ ਦੇਵੀ ਕਹਿ ਲਓ ਇਹਨੂੰ ਇਹ ਜੁਪੀਟਰ ਦੀ ਪਤਨੀ ਸੀ ਮੰਨਿਆ ਜਾਂਦਾ ਕਿ ਇਸ ਮਹੀਨੇ ਵਿੱਚ ਵਿਆਹ ਜ਼ਿਆਦਾ ਹੁੰਦੇ ਸੀ ਜਾਂ ਇਹ ਸਮਝ ਲਿਆ ਜਾਵੇ ਕਿ ਰੋਮਨ ਸਾਮਰਾਜ ਵੇਲੇ ਇਸ ਮਹੀਨੇ ਵਿੱਚ ਵਿਆਹ ਜ਼ਿਆਦਾ ਕੀਤੇ ਜਾਂਦੇ ਸੀ ਜਿੱਦਾਂ ਹੁਣ ਸਾਡੇ ਕੁਝ ਖਾਸ ਮਹੀਨਿਆਂ ਦੇ ਵਿੱਚ ਇਸੇ ਕਰਕੇ ਇਹਨੂੰ ਪਰਿਵਾਰ ਦੇ ਲਈ ਵਰਤੇ ਜਾਣ ਵਾਲੇ ਸ਼ਬਦ ਜੇਨਸ ਤੋਂ ਹੀ ਜੂਨ ਮਹੀਨੇ ਨੂੰ ਬੜਿਆਂ ਦੱਸਿਆ ਜਾਂਦਾ ਜੁਲਾਈ ਮਹੀਨੇ ਦਾ ਪਹਿਲਾ ਨਾਂ ਕੁਇੰਟਲਿਸ ਸੀ ਕੁਇੰਟਲਿਸ ਦਾ ਅਰਥ ਆ ਪੰਜਵਾਂ ਬਾਅਦ ਵਿੱਚ ਰੋਮਨ ਰਾਜੇ ਜੂਲੀਅਸ ਸੀਜ਼ਰ ਦੇ ਨਾਂ ਦੇ ਉੱਤੇ ਇਹਦਾ ਨਾਂ ਜੁਲਾਈ ਪੈ ਗਿਆ ਅ ਇਹਦੀ ਉਹਦੀ ਉਹਦਾ ਜਨਮ ਵੀ ਜੁਲਾਈ ਸੋਇਆ ਸੀ ਉਹਦੀ ਮੌਤ ਵੀ ਜੁਲਾਈ ਮਹੀਨੇ ਦੇ ਵਿੱਚ ਹੀ ਹੋਈ ਸੀ ਜੂਲੀਅਸ ਸੀਜ਼ਰ 100 BC ਦੇ ਵਿੱਚ ਹੋਇਆ ਆ ਅਗਸਤ ਮਹੀਨੇ ਦਾ ਨਾਮ ਬਾਅਦ ਦੇ ਵਿੱਚ ਅਗਸਤ ਪਿਆ ਪਹਿਲਾਂ ਇਹਦਾ ਨਾਮ ਸਿਕਸਟਲੀਆ ਸੀ ਸਿਕਸਟਲੀਆ ਮਤਲਬ 6ਵਾਂ ਕਿਉਂਕਿ ਪਹਿਲਾਂ ਜਿਹਦਾ ਪਹਿਲਾਂ ਦੱਸ ਚੁੱਕੇ ਆ ਕਿ 10 ਮਹੀਨਿਆਂ ਵਾਲੇ ਕੈਲੰਡਰ ਦੇ ਵਿੱਚ 6ਵਾਂ ਮਹੀਨਾ ਸੀ ਹੁਣ 12 ਵਾਲੇ ਦੇ ਵਿੱਚ ਇਹ 8ਵਾਂ ਆ ਇਹ ਰੋਮਨ ਰਾਜਾ ਅਗਸਟਸ ਉਹਦੇ ਨਾਮ ਤੋਂ ਪਿੱਛੋਂ ਇਹਦਾ ਨਾਮ ਅਗਸਤ ਰੱਖਿਆ ਗਿਆ ਅਗਸਟਸ ਜੂਲੀਅਸ ਸੀਜ਼ਰ ਦਾ ਭਤੀਜਾ ਸੀ ਤੇ ਇਹਦਾ ਪੂਰਾ ਨਾਮ ਅਗਸਟਸ ਸੀਜ਼ਰ ਸੀ ਤੇ ਇਸ ਮਹੀਨੇ ਦਾ ਨਾਮ ਵੀ ਪਹਿਲਾਂ ਅਗਸਟਸ ਸੀਜ਼ਰ ਹੀ ਹੁੰਦਾ ਸੀ ਜਿਹੜਾ ਬਾਅਦ ਵਿੱਚ ਅਗਸਤ ਰਹਿ ਗਿਆ ਸਤੰਬਰ ਮਹੀਨਾ ਲਾਤੀਨੀ ਸ਼ਬਦ ਸੈਪਟਮ ਤੋਂ ਬਣਿਆ ਸੈਪਟਮ ਦਾ ਅਰਥ ਸੱਤਵਾਂ ਆ ਇਹ 10 ਮਹੀਨਿਆਂ ਵਾਲੇ ਕੈਲੰਡਰ ਦੇ ਵਿੱਚ ਸੱਤਵਾਂ ਮਹੀਨਾ ਹੁੰਦਾ ਸੀ ਇਸੇ ਤਰ੍ਹਾਂ ਜਿਹੜਾ ਬਾਅਦ ਵਿੱਚ ਨੌਵਾਂ ਮਹੀਨਾ ਬਣ ਜਾਂਦਾ ਇਸੇ ਤਰ੍ਹਾਂ ਅਕਤੂਬਰ ਆਕਟਾ ਤੋਂ ਬਣਿਆ ਅੱਠਵਾਂ ਨਵੰਬਰ ਨੌਨ ਤੋਂ ਨੌਵਾਂ ਬਣਿਆ ਤੇ ਡੈਕਾ ਤੋਂ ਦਸੰਬਰ ਦਸਵਾਂ ਬਣਿਆ ਸੋ ਜਿਦਾ ਪਹਿਲਾਂ ਦੱਸਿਆ ਗਿਆ ਕਿ 10 ਮਹੀਨੇ ਹੋਣ ਕਾਰਨ ਓਕਟਾ ਨਾ ਨਾ ਡੈਕਾ ਇਹ ਸਾਰੇ ਨਵੰਬਰ ਦਸੰਬਰ ਅਕਤੂਬਰ ਨਵੰਬਰ ਦਸੰਬਰ ਮਹੀਨੇ ਬਣ ਗਏ ਜੂਲੀਅਸ ਸੀਜ਼ਰ ਤੇ ਅਗਸਤਸ ਸੀਜ਼ਰ ਤੋਂ ਬਾਅਦ ਵੀ ਬਹੁਤ ਸਾਰੇ ਹੁਕਮਰਾਨਾਂ ਨੇ ਮਹੀਨਿਆਂ ਦੇ ਨਾਂ ਆਪਣੇ ਨਾਵਾਂ ਤੇ ਉਹ ਰੱਖਣ ਦੇ ਯਤਨ ਕੀਤੇ ਰੱਖੇ ਵੀ ਪਰ ਉਹ ਜਾਂ ਤਾਂ ਪ੍ਰਚਲਿਤ ਨਹੀਂ ਹੋ ਸਕੇ ਤੇ ਜਾਂ ਲੋਕਾਂ ਨੇ ਸਵੀਕਾਰ ਨਹੀਂ ਕੀਤੇ ਆਪਣੇ ਨਾਵਾਂ ਪਿੱਛੇ ਨਾਂ ਮਹੀਨਿਆਂ ਦੇ ਨਾਂ ਰੱਖਣ ਦਾ ਮਕਸਦ ਸਦਾ ਲਈ ਅਮਰ ਹੋਣਾ ਸੀ ਦੁਨੀਆ ਦੇ ਵਿੱਚ ਵੱਖ-ਵੱਖ ਸਮੇਂ ਆਉਂਦੇ ਆ ਵੱਖ-ਵੱਖ ਸਾਮਰਾਜ ਆਉਂਦੇ ਆ ਕਦੇ ਕਿਸੇ ਸਾਮਰਾਜ ਦੀ ਕਦੇ ਕਿਸੇ ਬਾਦਸ਼ਾਹ ਦੀ ਕਦੇ ਕਿਸੇ ਸੱਭਿਆਚਾਰ ਦੀ ਚੜ੍ਹਾਈ ਹੁੰਦੀ ਆ ਦੂਜੇ ਦਬ ਜਾਂਦੇ ਆ ਇਸ ਤਰ੍ਹਾਂ ਹੀ ਦੁਨੀਆ ਦੇ ਵਿੱਚ ਭਾਵੇਂ ਕਿ ਹੋਰ ਵੀ ਕਈ ਕਿਸਮ ਦੇ ਕੈਲੰਡਰ ਹੈਗੇ ਆ ਪਰ ਇਸ ਕੈਲੰਡਰ ਨੂੰ ਅੰਤਰਰਾਸ਼ਟਰੀ ਪਧਰ ਤੇ ਅਪਣਾ ਲਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਬਦੀਲੀਆਂ ਇਹ ਸਾਰੇ ਕੁਸ਼ ਤੇ ਵਿੱਚ ਹੋਣ ਗਿਆ ਸੁਜੀਤ ਪਾਤਰ ਨੇ ਲਿਖਿਆ ਕਿ ਨਿਤ ਸੂਰਜਾਂ ਨੇ ਚੜਨਾ ਨਿਤ ਸੂਰਜਾਂ ਨੇ ਲਹਿਣਾ ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ ਇੱਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚਲਦੇ ਰਹਿਣਾ